ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਵਿੱਚ ਸਿਖਲਾਈ ਪਾਸ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਦੀ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਡਿਊਟੀ ਲਗਾਈ ਗਈ ਹੈ। ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਟਿਆਲਾ ਪੁੱਜੇ, ਜਿੱਥੇ ਸਿਖਲਾਈ ਪ੍ਰਾਪਤ 246 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਉਹਨਾਂ ਕਿਹਾ ਕਿ ਪੰਜਾਬ ਵਿੱਚ ਜੇਲ੍ਹਾਂ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜੇਲ੍ਹਾਂ ਦੀ ਆਮਦਨੀ ਵਧਾਉਣ ਲਈ ਜੇਲ੍ਹਾਂ ਦੇ ਅੰਦਰ ਅਤੇ ਬਾਹਰ ਪਈਆਂ ਜ਼ਮੀਨਾਂ 'ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਪਟਿਆਲਾ ਜੇਲ੍ਹ ਵਿੱਚ ਇੱਕ ਪੈਟਰੋਲ ਪੰਪ ਲਾਇਆ ਜਾ ਰਿਹਾ ਹੈ। ਰੰਧਾਵਾ ਨੇ ਕਿਹਾ ਕਿ ਸਿਖਲਾਈ ਪਾਸ ਇਹ ਨੌਜਵਾਨ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਆਪਣਾ ਫਰਜ਼ ਅਦਾ ਕਰਨਗੇ। ਇਹ ਉਹਨਾਂ ਨੂੰ ਕਰਕੇ ਇੱਥੇ ਅਸੀਂ ਇਹਨੂੰ ਇੱਕ ਮਾਡਰਨ ਪੈਟਰੋਲ ਪੰਪ ਜਿਹੜਾ ਨੂੰ ਤਿਆਰ ਕੀਤਾ ਜਾਏਗਾ, ਤਾਂ ਕਿ ਤੁਸੀਂ ਵੇਖਿਆ ਬੜੀ ਬਿਜ਼ੀ ਰੋਡ ਹੈ ਔਰ ਇੱਥੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਔਰ ਹਾਰਟ ਆਫ ਦਾ ਸਿਟੀ ਆ। ਇਹਨੂੰ ਅਸੀਂ ਜਿਹੜੇ MOU ਸਾਈਨ ਕੱਲਾ ਜੇਲ੍ਹ ਡਿਪਾਰਟਮੈਂਟ ਨੇ ਕੀਤਾ, ਮੈਂ ਕੋਆਪਰੇਟਿਵ ਡਿਪਾਰਟਮੈਂਟ ਨਾਲ ਵੀ ਪੂਰੇ ਪੰਜਾਬ ਦੇ ਵਿੱਚ ਕਰ ਲਿਆ, ਤਾਂ ਕਿ ਜਿੱਥੇ ਜਿੱਥੇ ਵੀ ਕੋਈ ਸਰਕਾਰ ਦੀ ਥਾਂ ਪਈ ਆ ਅਤੇ ਉਹਨੂੰ ਮਿਸਯੂਜ਼ ਨਾ ਕੀਤਾ ਜਾਵੇ, ਉਹਨੂੰ ਯੂਟੀਲਾਈਜ਼ ਕਰਕੇ ਗੌਰਮੈਂਟ ਨੂੰ ਰੈਵਨਿਊ ਜਨਰੇਟ ਕਰਨ ਦੇ ਵਿੱਚ ਅਸੀਂ ਪਹਿਲਕਦਮੀ ਕੀਤੀ। ਇੱਕ ਨਾਮਨਜ਼ੂਰ ਹੋ ਗਿਆ ਅਤੇ ਚੈਪਟਰ ਕਲੋਜ਼ ਹੋ ਗਿਆ। ਪਟਿਆਲਾ ਤੋਂ ਚਰਨਜੀਤ ਸਿੰਘ ਕੋਹਲੀ ਦੀ ਰਿਪੋਰਟ।